ਸ਼ਕਾਲ ਜੀ ਤੁਸੀਂ ਵੇਖ ਰਹੇ ਹੋ ਕੈਂਟ ਪੰਜਾਬ ਮੈਂ ਹਾਂ ਸਿਮਰਨ ਤੇ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਬਨਿੰਦਰ ਬੰਨੀ ਜੀ ਜੋ ਕਿ ਜਲਦ ਹੀ ਸਾਨੂੰ ਨਜ਼ਰ ਆਉਣਗੇ ਪਦਮ ਸ਼੍ਰੀ ਕੌਰ ਸਿੰਘ ਫਿਲਮ ਦੇ ਵਿੱਚ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਕੈਂਟ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਰ ਬਹੁਤ ਵਧੀਆ ਜੀ ਮੈਂ ਫਿੱਟ ਹਾਂ ਜੀ ਕੈਂਟ ਪੰਜਾਬ ਨਾਲ ਕੈਂਟ ਸਤਿ ਸ਼੍ਰੀ ਅਕਾਲ ਸਰ ਇਹ ਸਾਡੇ ਪ੍ਰੋਡਿਊਸਰ ਨੇ ਇਸ ਫਿਲਮ ਦੇ ਸਤਿ ਸ਼੍ਰੀ ਅਕਾਲ ਕਿਵੇਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੈਂਟ ਪੰਜਾਬੀ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਹਮੇਸ਼ਾ ਮੋਢੇ ਤੋਂ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਤੇ ਡਰਮੈਟਿਕਲੀ ਕੋਮਿਕਲੀ ਇਮੋਸ਼ਨਲੀ ਤੇ ਇੱਕ ਦੋਸਤੀ ਦੀ ਮਿਸਾਲ ਹੈ। ਓਕੇ ਸੋ ਤੁਹਾਨੂੰ ਜਦੋਂ ਇਹ ਫਿਲਮ ਆਫਰ ਹੋਈ ਸੋ ਤੁਸੀਂ ਕਿੰਨਾ ਕੁ ਸੋਚਿਆ ਇਸ ਫਿਲਮ ਬਾਰੇ? ਤੁਸੀਂ ਮਤਲਬ ਇੱਕ ਹੁੰਦਾ ਨਾ ਆਰਟਿਸਟ ਇੰਤਜ਼ਾਰ ਕਰਦਾ ਹੈ, ਪਹਿਲਾਂ ਸੋਚਦਾ ਹੈ ਕਿ ਇਹ ਕਿਰਦਾਰ ਜਿਹੜਾ ਮੈਨੂੰ ਮਿਲ ਰਿਹਾ ਇਸ ਫਿਲਮ ਦੇ ਵਿੱਚ ਉਹ ਮੈਂ ਨਿਭਾ ਤਾਂ ਚਲੋ ਕਿਰਦਾਰ ਹਰ ਆਰਟਿਸਟ ਸਕਦਾ ਹੈ, ਪਰ ਇੱਕ ਸੋਚਦਾ ਹੈ ਨਾ ਬੰਦਾ ਕਿ ਇਹ ਕਰਨਾ ਹੈ ਕਿ ਨਹੀਂ ਕਰਨਾ, ਤੁਸੀਂ ਸੋਚਿਆ? ਮੈਂ ਪਹਿਲਾਂ ਤਾਂ ਜਦੋਂ ਮੈਨੂੰ ਕਾਲ ਆਈ ਇਸ ਫਿਲਮ ਬਾਰੇ ਹੈ ਨਾ ਤਾਂ ਮੈਂ ਇੱਥੇ ਹੈ ਨਹੀਂ ਸੀ, ਮੈਂ ਇੰਗਲੈਂਡ ਸੀ, ਤਾਂ ਮੈਂ ਆਪਣੇ ਫਰੈਂਡ ਨੂੰ ਭੇਜਿਆ, ਮੈਂ ਕਿਹਾ ਸਟੋਰੀ ਸੁਣ ਲਓ ਜਾ ਕੇ, ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਯਾਰ ਸਟੋਰੀ ਬਹੁਤ ਸੋਹਣੀ ਹੈ, ਜੇ ਤੂੰ ਛੱਡੀ ਤਾਂ ਬੇਵਕੂਫੀ ਹੈ, ਕਹਿੰਦਾ ਮੈਂ ਸੁਣਦੇ ਸੁਣਦੇ ਇਮੋਸ਼ਨਲ ਹੋ ਗਿਆ। ਸੋ ਉਹ ਤੋਂ ਬਾਅਦ ਜਦੋਂ ਮੈਂ ਇੱਥੇ ਆ ਕੇ ਵਿਕਰਮ ਜੀ ਨਾਲ ਮਿਲਿਆ, ਉਹਨਾਂ ਨੇ ਮੈਨੂੰ ਕਿਰਦਾਰ ਬਾਰੇ ਸਮਝਾਇਆ, ਤਾਂ ਡੈਫੀਨੇਟਲੀ ਉਦੋਂ ਫਿਰ ਸਟੈਂਪ ਹੀ ਲੱਗੀ ਸੀ ਵੀ ਮੈਂ ਕਰੂੰਗਾ ਹੀ ਕਰੂੰਗਾ ਫਿਲਮ। ਅੱਛਾ, ਜਦੋਂ ਵੀ ਕੋਈ ਆਰਟਿਸਟ ਕੋਈ ਫਿਲਮ ਚੂਜ਼ ਕਰਦਾ ਕਿ ਆਪਾਂ ਇਹ ਫਿਲਮ ਕਰਨੀ ਹੈ, ਸੋ ਕੁਝ ਅਲੱਗ ਦੇਖਦਾ ਹੈ ਆਰਟਿਸਟ ਨਾ ਉਸ ਫਿਲਮ ਦੇ ਵਿੱਚ, ਇਸ ਫਿਲਮ ਦੇ ਵਿੱਚ ਕੀ ਵੱਖਰਾ ਸੀ ਬਾਕੀ ਫਿਲਮਾਂ ਤੋਂ? ਵੱਖਰਾ ਹੀ ਹੈ ਜੀ, ਦੇਖੋ ਮੈਨੂੰ ਕੌਰ ਸਿੰਘ ਜੀ ਬਾਰੇ ਕੁਛ ਨਹੀਂ ਪਤਾ ਸੀ, ਫਿਲਮ ਚੱਲਦੇ ਚੱਲਦੇ ਜਦੋਂ ਸ਼ੂਟ ਕੀਤਾ ਤਾਂ ਮੈਨੂੰ ਉਹਨਾਂ ਬਾਰੇ ਜਾਣਕਾਰੀ ਵੀ, ਜੋ ਕਿ ਇੱਕ ਹਰ ਇੱਕ ਬੰਦੇ ਲਈ ਜ਼ਰੂਰੀ ਹੈ ਕਿਉਂਕਿ ਉਹਨਾਂ ਬਾਰੇ ਲੋਕਾਂ ਨੂੰ ਨਹੀਂ ਪਤਾ, ਫਿਲਮ ਦੇ ਨਾਲ ਨਾਲ ਮੈਨੂੰ ਪਤਾ ਵੀ ਲੱਗਦਾ ਰਿਹਾ ਵੀ ਕੀ ਉਹਨਾਂ ਦੀ ਹਿਸਟਰੀ ਰਹੀ ਹੈ। ਸੋ ਇਹੀ ਮੇਰੇ ਲਈ ਖਾਸ ਰਿਹਾ ਇਸ ਫਿਲਮ। ਕੌਰ ਸਿੰਘ ਜੀ ਦੇ ਨਾਲ ਮੁਲਾਕਾਤ ਜ਼ਰੂਰ ਹੋਈ ਹੋਣੀ ਹੈ, ਹੈ ਨਾ? ਸੋ ਉਹਨਾਂ ਦੇ ਨਾਲ ਜਦੋਂ ਤੁਸੀਂ ਗੱਲਬਾਤ ਕੀਤੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਉੱਤੇ ਇੱਕ ਫਿਲਮ ਬਣਨ ਜਾ ਰਹੀ ਹੈ, ਸੋ ਉਹਨਾਂ ਦਾ ਰਿਐਕਸ਼ਨ ਕਿੱਦਾਂ ਦਾ ਸੀ? ਇਹ ਰਿਐਕਸ਼ਨ ਤਾਂ ਪ੍ਰੋਡਿਊਸਰ ਸਾਹਿਬ ਨੂੰ ਪਤਾ ਕਿਉਂਕਿ ਪਹਿਲਾਂ ਮਿਲ ਚੁੱਕੇ ਸੀ, ਮੈਨੂੰ ਸੈੱਟ 'ਤੇ ਮਿਲੇ ਸੀ ਉਹ, ਸ਼ੂਟਿੰਗ ਦੇਖਣ ਆਏ ਸੀ ਉਹ, ਅਤੇ ਮੈਂ ਦੱਸਿਆ ਉਹਨਾਂ ਨੂੰ ਵੀ ਮੈਂ ਤੁਹਾਡੇ ਮਿੱਤਰ ਦਾ ਕਿਰਦਾਰ ਕਰ ਰਿਹਾ, ਤਾਂ ਬੜੇ ਖੁਸ਼ ਹੋਏ, ਬਸ ਉਹਨਾਂ ਨੇ ਮੈਨੂੰ ਇਹੀ ਕਿਹਾ ਸ਼ਾਬਾਸ਼, ਕਹਿੰਦੇ ਬਹੁਤ ਵਧੀਆ, ਬਸ ਇੰਨੀ ਗੱਲ। ਪ੍ਰੋਡਿਊਸਰ ਸਾਹਿਬ ਤੁਸੀਂ ਤਾਂ ਇਨਵੈਸਟ ਕੀਤਾ ਇਸ ਫਿਲਮ ਦੇ ਉੱਤੇ, ਕੀ ਕਹਿਣਾ ਚਾਹੋਗੇ? ਨਹੀਂ ਨਹੀਂ ਭਾਜੀ, ਪਲੀਜ਼ ਪਲੀਜ਼। ਨਹੀਂ ਨਹੀਂ, ਪਤਾ ਕਿ ਇੱਕ ਨਾ ਬੜੀ ਇੰਟਰਸਟਿੰਗ ਫੈਕਟ ਹੈ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਆਨਸਰ ਕਰਾਂ, ਅਸੀਂ ਹੁਣ ਪਿੱਛੇ ਜੇ ਉਹਨਾਂ ਕੋਲ ਕੁਨਾਲ ਕੁਰਦ ਗਏ ਅਤੇ ਹੁਣ ਜਿਵੇਂ ਅਸੀਂ ਪ੍ਰੀਮੀਅਰ ਵੀ ਕਰਨਾ ਮੂਵੀ ਦਾ, ਹੈ ਨਾ, ਅਤੇ ਉਹਨਾਂ ਨੇ ਇੱਕ ਗੱਲ ਕਹੀ ਜੋ ਜਿਹਨੂੰ ਸੁਣ ਕੇ ਨਾ ਮੇਰੀ ਅੱਖਾਂ 'ਚ ਪਾਣੀ ਆ ਗਿਆ, ਉਹ ਕਹਿੰਦੇ ਮੈਂ ਜ਼ਿੰਦਗੀ 'ਚ ਨਾ ਕਦੇ ਕੋਈ ਫਿਲਮ ਵੱਡੇ ਪਰਦੇ 'ਤੇ ਦੇਖੀ ਨਹੀਂ, ਕੌਰ ਸਿੰਘ ਜੀ ਕਹਿੰਦੇ, ਕਹਿੰਦੇ ਮੈਂ ਜ਼ਿੰਦਗੀ 'ਚ ਕਦੇ ਵੀ ਕੋਈ ਫਿਲਮ ਨਾ ਵੱਡੇ ਪਰਦੇ 'ਤੇ ਨਹੀਂ ਵੇਖੀ, ਅਤੇ ਜੇ ਹੁਣ ਪਹਿਲੀ ਫਿਲਮ ਦੇਖਣ ਜਾਊਂਗਾ ਤਾਂ ਮੈਂ ਆਪਦੀ ਪ੍ਰੀਮੀਅਰ ਦੇਖਣ ਜਾਊਂਗਾ। ਮਤਲਬ ਬੰਦੇ ਨੇ ਸਾਰੀ ਜ਼ਿੰਦਗੀ ਕੁਰਬਾਨ ਕਰਤੀ ਆਪਣੇ ਦੇਸ਼ 'ਤੇ, ਪੰਜਾਬੀਆਂ ਦਾ ਨਾਮ ਰੋਸ਼ਨ ਕਰਨ 'ਤੇ, ਅਤੇ ਮੈਨੂੰ ਵੀ ਸ਼ਰਮ ਆਉਂਦੀ ਹੈ, ਜਿਵੇਂ ਵਰਿੰਦਰ ਭਾਅ ਜੀ ਕਹਿ ਰਹੇ ਸੀਗੇ ਵੀ ਆਪਾਂ ਨੂੰ ਇਹ ਹੀਰੋਜ਼ ਦਾ ਪਤਾ ਹੀ ਨਹੀਂ ਹੈ। ਸੋ ਇਹ ਪ੍ਰੋਡਕਸ਼ਨ, ਪੈਸਾ, ਸਭ ਚੀਜ਼ਾਂ ਬਾਅਦ 'ਚ, ਇਹ ਜੇ ਬੰਦਿਆਂ ਨੂੰ ਸਾਹਮਣੇ ਲਿਆਉਣਾ ਹੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਯੂਨੋ ਸਾਡੀ ਜਿੱਤ ਹੈ। ਇਸ ਫਿਲਮ ਦੇ ਵਿੱਚ ਮਤਲਬ ਇਹ ਫਿਲਮ ਜੋ ਹੈ ਪੂਰੀ ਦੀ ਪੂਰੀ ਇੱਕ ਸਪੋਰਟਸ ਉੱਤੇ ਬੇਸ ਨਹੀਂ ਹੈ, ਹੈ ਨਾ? ਦੱਸ ਰਹੇ ਸੀ ਕਿ ਇਸ ਦੇ ਵਿੱਚ ਇੱਕ ਰੋਮਾਂਟਿਕ ਐਂਗਲ ਵੀ ਹੈਗਾ, ਰੋਮਾਂਸ ਵੀ ਹੈਗਾ, ਫੈਮਲੀ ਓਰੀਐਂਟਡ ਪਿਕਚਰ ਇਹ ਹੈਗੀ ਹੈ, ਸੋ ਰੋਮਾਂਸ ਵਾਲਾ ਕਿੱਦਾਂ ਦਾ ਮਤਲਬ ਕੀ ਹੈਗਾ ਇਸ ਦੇ ਵਿੱਚ? ਦੇਖੋ ਜੀ, ਇਹ ਫਿਲਮ ਦੇ ਵਿੱਚ ਨਾ ਜੀ ਇੱਕ ਬੰਦੇ ਦੀ ਜ਼ਿੰਦਗੀ ਹੈ, ਜਿਵੇਂ ਆਪਣੀ ਜ਼ਿੰਦਗੀ ਹੁੰਦੀ ਹੈ, ਆਪਾਂ ਛੋਟੇ ਹੁੰਦੇ ਵੱਡੇ ਹੁੰਦੇ ਹਾਂ, ਉਹ 'ਚ ਜੋ ਇੱਕ ਲਾਈਫ ਦਾ ਬੰਦਾ ਪਾਰਟ ਹੁੰਦਾ, ਜਿਵੇਂ ਆਪਣਾ ਯੂਥ ਹੁੰਦਾ, ਜਦੋਂ ਭਾਅ ਜੀ ਹੋਣਾ ਦਾ ਐਕਟਿੰਗ ਦਾ ਰੋਲ, ਸੋਰੀ ਭਾਅ ਜੀ ਹੋਣਾ ਦਾ ਕਰੈਕਟਰ ਜਿਹੜਾ ਬੇਸਡ, ਉਹ ਸਾਰੀਆਂ ਚੀਜ਼ਾਂ, ਮਤਲਬ ਕਿ ਇੱਕ ਬੰਦਾ ਕਿਵੇਂ ਵੱਡਾ ਹੁੰਦਾ, ਉਹਨੂੰ ਆਪਦੇ ਕਰੀਅਰ ਦਾ ਕੁਛ ਵੀ ਨਹੀਂ ਪਿਆ, ਅਤੇ ਫਿਰ ਇੱਕ ਕੁੜੀ ਦੇ ਪਿਆਰ 'ਚ ਬਹਿ ਕੇ ਉਹ ਕਰੀਅਰ ਪਿੱਛੇ ਪੈਂਦਾ, ਕਰੀਅਰ 'ਚ ਪਹੁੰਚਦਾ ਵਿਆਹ ਕਰਾਉਣ ਪਿੱਛੇ, ਅਤੇ ਉੱਥੇ ਜਾ ਕੇ ਉਹਦੀ ਲਾਈਫ 'ਚ ਕੀ ਹੁੰਦਾ, ਮਤਲਬ ਇਹ ਸਟੋਰੀ ਹੈ ਇੱਕ ਬੰਦੇ ਦੀ ਲਾਈਫ ਦੀ। ਇਟ ਇਜ਼ ਨੋਟ ਅਬਾਊਟ ਬੋਕਸਿੰਗ ਮੈਚ, ਔਰ ਇਟ ਇਜ਼ ਨੋਟ ਅਬਾਊਟ ਕਿ ਬੋਕਸਿੰਗ ਮੈਚ ਉਹਦੀ ਲਾਈਫ ਦਾ ਇੱਕ ਪ੍ਰੋਬਲੀ ਇੱਕ ਮਹੀਨਾ ਜਾਂ ਇੱਕ ਸਾਲ ਦਾ ਫੇਜ਼ ਹੋਊਗਾ, ਪਰ ਉਹ ਬੰਦੇ ਦੀ ਲਾਈਫ ਕਿੰਨੀ ਵੱਡੀ ਸੀ ਅਤੇ ਕਿੰਨੀ ਜਿਵੇਂ ਲਾਰਜਰ ਦੈਨ ਲਾਈਫ ਹੈ। ਅੱਛਾ ਸਰ, ਇਸ ਫਿਲਮ ਦੇ ਨਾਲ ਕਿੱਦਾਂ ਦੀ ਯਾਦਾਂ ਤੁਹਾਡੀਆਂ ਜੁੜੀਆਂ? ਯਾਦਾਂ ਬਹੁਤ ਜੁੜੀਆਂ ਜੀ, ਮੈਂ ਤਾਂ ਦੇਖ ਰਿਹਾ ਸੀ ਵੀ ਦੇਖੋ ਚਲੋ ਹਰ ਫਿਲਮ ਨਾਲ ਯਾਦਾਂ ਜੁੜੀਆਂ ਹੁੰਦੀਆਂ, ਸਾਡੀਆਂ ਯਾਦਾਂ ਬਹੁਤ ਜੁੜੀਆਂ, ਅਤੇ ਜਦੋਂ ਸੀਨ ਕਰਦੇ ਸੀ ਮੈਂ ਅਤੇ ਜਦੋਂ ਪਹਿਲੀ ਵਾਰ ਕਰਮ ਪਾਠ ਜੀ ਨਾਲ ਮੈਂ ਸੈੱਟ ਪਹਿਲਾਂ ਮਿਲਿਆ ਨਹੀਂ ਸੀ ਉਹਨਾਂ ਨੂੰ, ਸਿੱਧਾ ਸੈੱਟ 'ਤੇ ਮਿਲੇ, ਚਲੋ ਮਾੜਾ ਪਹਿਲਾਂ ਬੰਦਾ ਇੰਨਾ ਕੰਫਰਟੇਬਲ ਨਹੀਂ ਹੁੰਦਾ, ਪਰ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਆਪਾਂ ਪਹਿਲਾਂ ਕੰਫਰਟੇਬਲ ਹੋ ਜਾਈਏ, ਹੈ ਨਾ, ਫਿਰ ਆਪਾਂ ਆਪਣੀ ਟਿਊਨਿੰਗ ਹੋਰ ਵਧੀਆ ਨਿਕਲੂਗੀ। ਮੈਂ ਕਿਹਾ ਭਾਜੀ ਮੈਂ ਤਾਂ ਅਡੈਪਟੇਬਲ ਇਨਸਾਨ ਹਾਂ, ਤੁਸੀਂ ਆਓ, ਦੋ ਚਾਰ ਗੱਲਾਂ ਕੀਤੀਆਂ, ਪਰ ਅਸੀਂ ਬਹੁਤ ਐਂ ਸੀਨ ਐਨ ਸਮੂਥਲੀ ਭੜਕਾਏ। ਸੋ ਯਾਦਾਂ ਇਹੀ ਹੈ ਕਿ ਵੀ
ਉਹ ਤਾਂ ਹੁਣ ਇੱਦਾਂ ਕਿ ਮੇਕਿੰਗ 'ਚ ਤੁਸੀਂ ਦੇਖੋ ਵੀ ਕਿੱਦਾਂ ਅਸੀਂ ਰੀਟੇਕ ਕਰਦੇ ਸੀ, ਕਿੱਦਾਂ ਇੱਕ ਦੋ ਵਾਰ ਕਰਮ ਜੀ ਗਿਰੇ ਵੀ ਹੈ ਸਾਈਕਲ ਤੋਂ ਜਾਂ ਕੋਈ ਤੋੜਦੇ ਤੋੜਦੇ, ਸੋ ਕਾਫੀ ਫਨੀ ਵੇ ਨਾਲ ਸ਼ੂਟਿੰਗ. ਹਾਂਜੀ ਸੈੱਟ 'ਤੇ. ਅੱਛਾ, ਸੋ ਲਾਸਟਲੀ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂ ਉਹਨਾਂ ਨੂੰ ਇਹ ਫਿਲਮ ਵੇਖਣ ਆਉਣਾ ਚਾਹੀਦਾ? ਇਹ ਮੈਸੇਜ ਪ੍ਰੋਡਿਊਸਰ ਸਾਹਿਬ ਦੇਣਗੇ, ਮੈਂ ਬਾਅਦ 'ਚ. ਸਾਡਾ ਮੈਸੇਜ ਇਹੀ ਹੈ ਜੀ ਵੀ ਜਿਵੇਂ ਇੱਕ ਇਹ ਫਿਲਮਾਂ ਜਿਵੇਂ ਨਾ ਪਹਿਲਾਂ ਭਾਜੀ ਹੁਣੇ ਅੰਦਰ ਵੀ ਸੀ ਜਦੋਂ ਬੋਲ ਰਹੇ ਸੀਗੇ ਵੀ ਇਹ ਉਹ ਫਿਲਮਾਂ ਨੇ ਜੋ ਪੰਜਾਬ ਦੀ ਹਿਸਟਰੀ ਦਾ ਪਾਰਟ ਨੇ, ਅਤੇ ਉਹ ਇਹ ਫਿਲਮਾਂ ਜੇ ਤੁਸੀਂ ਲੋਕ ਸਾਡਾ ਸਾਥ ਦਿਓਗੇ ਤਾਂ ਹੀ ਸਾਡੇ ਵਰਗੇ ਬੰਦੇ ਅੱਗੇ ਆ ਕੇ ਇਹੋ ਜਿਹੀਆਂ ਫਿਲਮਾਂ ਬਣਾਉਣਗੇ, ਅਤੇ ਜਿਹੜੇ ਬੰਦਿਆਂ ਨੂੰ ਜਿਨ੍ਹਾਂ ਬੰਦਿਆਂ ਦਾ ਪਤਾ ਵੀ ਨਹੀਂ ਹੈਗਾ ਉਹਨਾਂ ਦਾ ਆਪਣੇ ਨਵੀਂ ਯੂਥ ਨੂੰ ਪਤਾ ਚੱਲੂ ਵੀ ਸਾਡਾ ਵਿਰਸਾ ਕਿੰਨਾ ਕਿੰਨਾ ਅਮੀਰ ਹੈ, ਕਿੰਨਾ ਅਮੀਰ ਹੈ. ਇੱਕ ਨਾ ਫਿਲਮ, ਇੱਕ ਫਿਲਮ ਪ੍ਰੋਡਿਊਸਰ ਲਈ ਵੀ ਬੱਚਿਆਂ ਦੀ ਤਰ੍ਹਾਂ ਹੁੰਦੀ ਹੈ, ਕਿਵੇਂ ਪਹਿਲਾਂ ਰਿਸਰਚ ਕੀਤੀ ਜਾਂਦੀ ਹੈ, ਫਿਰ ਸਕ੍ਰਿਪਟ ਲਿਖੀ ਜਾਂਦੀ ਹੈ, ਫਿਰ ਡਾਇਰੈਕਟਰ ਲੱਭਿਆ ਜਾਂਦਾ ਹੈ, ਫਿਰ ਪ੍ਰੋਡਿਊਸਰ ਲੱਭਿਆ ਜਾਂਦਾ, ਫਿਰ ਸ਼ੂਟਿੰਗ ਸ਼ੁਰੂ ਹੁੰਦੀ ਹੈ. ਇੱਦਾਂ ਜਿਵੇਂ ਬੱਚਾ ਪਲਦਾ ਇੱਦਾਂ ਹੀ ਉਹ ਇੱਕ ਬੱਚੇ ਦੀ ਤਰ੍ਹਾਂ ਹੁੰਦੀ ਹੈ. ਸੋ ਹਰ ਮਾਂ ਨੂੰ ਆਪਣਾ ਬੱਚਾ ਪਿਆਰਾ ਹੁੰਦਾ. ਪ੍ਰੋਡਿਊਸਰ ਨੂੰ ਸਾਨੂੰ ਇਹ ਫਿਲਮ ਬਹੁਤ ਪਿਆਰੀ ਹੈ, ਸਾਡੀ ਦਰਸ਼ਕਾਂ ਨੂੰ ਅਪੀਲ ਹੈ ਕਿ 22 ਜੁਲਾਈ ਨੂੰ ਫਿਲਮ ਰਿਲੀਜ਼ ਹੋ ਜਾਣੀ ਹੈ ਅਤੇ ਸਾਰੇ ਜ਼ਰੂਰ ਦੇਖਿਓ. ਥੈਂਕ ਯੂ.